ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ। ਅੱਜ ਅਸੀਂ 5 ਵਜੇ ਦਾ ਟਾਈਮ ਸੀ ਜੀ, 5 ਵਜੇ ਅਸੀਂ ਸਮਾਪਤੀ ਕੀਤੀ ਹੈ। ਅੱਜ ਅਸੀਂ ਟੁੰਗਾ 'ਚ ਗਏ ਔਰ ਉਹਦੇ ਨਾਲ ਨਾਲ ਹਕੀਮਾਂ ਵਾਲੇ ਗਏ, ਭੱਦਰਕਾਲੀ ਮੰਦਰ ਗਏ, ਲੋਕਾਂ ਨਾਲ ਮਿਲੇ, ਅੱਛਾ ਹੁੰਗਾਰਾ ਮਿਲਿਆ ਲੋਕਾਂ ਦਾ। ਲੋਕ ਤੰਗ ਆ ਚੁੱਕੇ ਇਹਨਾਂ ਕੋਲ, ਤੱਕੜੀ ਨੇ ਵੀ ਸਹੀ ਤੋਲਿਆ ਨਹੀਂ, ਇੱਕ ਸਮੁੰਦਰ ਤੋਂ ਨਿਕਲ ਕੇ ਆਏ ਨੇ ਔਰ ਉਹਨਾਂ ਨੇ ਫਿਰ ਸਮੁੰਦਰ 'ਚ ਚਲ ਜਾਣਾ। ਪੰਜੇ ਨੇ ਵੀ ਕਿਸੇ ਦਾ ਧਿਆਨ ਨਹੀਂ ਦਿੱਤਾ। ਹਾਂਜੀ, ਇਸ ਤਰ੍ਹਾਂ ਜਿੰਨੀਆਂ ਵੀ ਪਾਰਟੀਆਂ ਨੇ ਅੱਜ ਤੱਕ ਲੋਕਾਂ ਦਾ ਸ਼ੋਸ਼ਣ ਕਰਦੀਆਂ ਆ ਰਹੀਆਂ ਨੇ, ਲੋਕ ਬੜੇ ਪਰੇਸ਼ਾਨ ਹੋ ਚੁੱਕੇ ਨੇ। ਅਸੀਂ ਉਹਨਾਂ ਲੋਕਾਂ ਵਾਸਤੇ ਬੀੜਾ ਚੁੱਕਿਆ ਜਿਹੜਾ ਕਿ ਬੈਟ ਬੱਲਾ 28 ਨੰਬਰ 'ਤੇ ਸਾਡਾ ਚੌਣ ਨਿਸ਼ਾਨ ਹੈ ਔਰ ਇਹ ਜਿਹੜੀਆਂ ਟਿਕਟਾਂ ਨੇ ਇਹ ਟਿਕਟ ਸਰਕਾਰ ਦਿੰਦੀ ਹੈ, ਪਾਰਟੀਆਂ ਗੁੰਮਰਾਹ ਕਰਦੀਆਂ ਨੇ। ਗੁੰਮਰਾਹ ਸਿਰਫ ਪਾਰਟੀਆਂ ਆਪਣਾ ਇੱਕ ਲੈਟਰ ਦਿੰਦੀਆਂ ਨੇ, ਉਹਨੂੰ ਹੀ ਲੋਕਾਂ ਨੂੰ ਕਹਿ ਛੱਡਦੀਆਂ ਨੇ ਕਿ ਟਿਕਟ ਦਿੱਤੀ ਹੈ। ਤੋ ਇਹ ਲੋਕ ਗੁੰਮਰਾਹ ਨਾ ਹੋਣ, ਟਿਕਟ ਗੌਰਮੈਂਟ ਨੇ ਦੇਣੀ ਹੈ। ਸੋ ਕਾਨੂੰਨ ਦੀ ਪਾਲਣਾ ਕਰਨੀ ਹੈ। ਜਿੰਨੇ ਵੀ ਮੇਰੇ ਸਰਕਾਰੀ ਭੈਣ ਭਰਾ ਨੇ ਅਹੁਦਿਆਂ 'ਚ ਬੈਠੇ ਨੇ, 52 ਸਾਲ ਤੱਕ ਉਹਨਾਂ ਨੇ ਜਨਤਾ ਨੂੰ ਸੇਵਾਵਾਂ ਦਿੱਤੀਆਂ। ਜਿਹੜੇ ਅਸੀਂ ਲੋਕ ਬੰਦਾ ਚੁਣ ਕੇ ਭੇਜਦੇ ਹਾਂ ਉਹ ਭ੍ਰਿਸ਼ਟਾਚਾਰ ਨੂੰ ਫੈਲਾਉਂਦੀਆਂ ਨੇ ਔਰ ਸਰਕਾਰੀ ਮੁਲਾਜ਼ਮਾਂ ਨੂੰ ਕੰਮ ਸਹੀ ਤਰੀਕੇ ਨਾਲ ਨਹੀਂ ਕਰਨ ਦਿੰਦੀਆਂ, ਜੋ ਕਿ ਸਮਾਜ ਦੇ ਉਹ ਵਰਗ ਜਿਨ੍ਹਾਂ ਨੂੰ ਬੜੀ ਉਮੀਦ ਹੁੰਦੀ ਹੈ ਸਰਕਾਰੀ ਕੰਮਾਂ ਦੀ, ਲੀਡਰ ਉਹਦੇ ਵਿੱਚ ਆਪਣੀ ਦਖਲਅੰਦਾਜ਼ੀ ਦਿੰਦੇ ਨੇ ਅਤੇ ਕਿਸੇ ਦਾ ਕੰਮ ਨਹੀਂ ਹੋਣ ਦਿੰਦੇ। ਸੋ ਮੈਂ ਲੋਕਾਂ ਗਾੜੀ ਬੇਨਤੀ ਕਰਾਂਗਾ, ਸਮੇਂ ਹੁਣ ਬਦਲ ਗਿਆ, ਕੋਈ ਟਾਈਮ ਇਹੋ ਜਿਹਾ ਸੀ ਜਿੱਥੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਨੇ ਰਾਜ ਕੀਤਾ ਸੀ, ਉਹ ਵੀ ਨਹੀਂ ਰਹੇ। ਤੋ ਹੁਣ ਸਮੇਂ ਆ ਗਿਆ, ਐਤਕੀ ਵਾਰੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਕਿਸੇ ਨੂੰ ਸਾਨੂੰ ਗਿਰਵੀ ਰੱਖਦੇ ਉਹਨਾਂ ਦੇ ਅੱਗੇ ਵੇਚ ਦਿੰਦੇ ਨੇ, ਫਿਰ ਘਰ ਜਾ ਕੇ ਸੌਂ ਜਾਂਦੇ ਨੇ, ਉਹਨਾਂ ਨੇ ਹੁਣ 5 ਸਾਲ ਫਿਰ ਮਿਲਣਾ ਨਹੀਂ। ਸੋ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ, ਅਲਰਟ ਰਹਿਣਾ ਚਾਹੀਦਾ। ਐਤਕੀ ਵਾਰੀ ਆਜ਼ਾਦ ਉਮੀਦਵਾਰ ਬਾਲ ਕ੍ਰਿਸ਼ਨ ਸ਼ਰਮਾ ਜਿਹੜਾ 7 ਵਾਰੀ ਇਲੈਕਸ਼ਨ ਲੜ ਚੁੱਕਾ, ਕਦੇ ਇਹਨਾਂ ਪਾਰਟੀਆਂ ਤੋਂ ਵਿਕਿਆ ਨਹੀਂ। ਤਾਂ ਸਾਡੇ ਗਾੜੀ ਅਪੀਲ ਕਰਦਾ, ਨਸ਼ੇ ਦੇ ਉੱਤੇ ਮੈਂ ਨਸ਼ਾ ਵਿਰੋਧੀ ਸੰਸਥਾ ਬਣਾਈ ਸੀ ਔਰ ਮੇਰਾ ਕੰਮ ਹੀ ਨਸ਼ੇ ਨੂੰ ਦਮਨ ਕਰਨਾ, ਔਰ ਤੁਸੀਂ ਦੇਖੋਗੇ ਤੁਹਾਡੀ ਇੱਕ ਵੋਟ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰੇਗੀ, ਨਸ਼ੇ ਨੂੰ ਵੀ ਖਤਮ ਕਰੇਗੀ ਔਰ ਜਿਹੜੀਆਂ ਅੱਜ ਲੁੱਟ ਖਸੁੱਟ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ, ਕੋਈ ਵੀ ਸੁਰੱਖਿਅਤ ਨਹੀਂ ਹੈ, ਧੀਆਂ ਭੈਣਾਂ ਦਾ ਬਾਹਰ ਨਿਕਲਣਾ ਔਖਾ ਹੋ ਚੁੱਕਾ, 2 ਗ੍ਰਾਮ ਕੋਈ ਮੁੰਦਰੀ ਪਾ ਕੇ ਨਹੀਂ ਜਾ ਸਕਦਾ। ਉਹ ਸਮੇਂ ਆ ਜਾਏਗਾ ਤੁਹਾਡੀ ਇੱਕ ਵੋਟ ਨਾਲ ਕ੍ਰਿਮੀਨਲ ਗਲਤ ਲੋਕ ਉਹਨਾਂ ਨੇ ਰਾਤ ਨੂੰ ਨਿਕਲਣਾ ਬੰਦ ਕਰ ਦੇਣਾ, ਸਿਵਲ ਦੇ ਵਿੱਚ ਇੰਨੀ ਕੁ ਫੋਰਸ ਲਗਾ ਦਾਂਗੇ ਰਾਤ ਨੂੰ ਕਿ ਉਹਨਾਂ ਦਾ ਜੀਣਾ ਆਰਾਮ ਕਰ ਦਿਆਂਗੇ ਔਰ ਉਹ ਰਾਤ ਨੂੰ ਨਿਕਲਣਾ ਬੰਦ ਕਰ ਦੇਣਗੇ ਅਤੇ ਉਹ ਦਿਨੇ ਹੀ ਨਿਕਲ ਸਕਦੇ ਬਾਹਰ। ਮੈਂ ਤੁਹਾਨੂੰ
ਪੂਰੀ ਤੁਹਾਡੇ ਤੇ ਉਮੀਦ ਰੱਖਦਾ ਹਾਂ। ਇਹ ਗੱਲ ਦਾਅਵੇ ਨਾਲ ਕਹਿ ਰਿਹਾ ਕਿ ਤੁਹਾਡੀ ਇੱਕ ਵੋਟ ਜਿਹੜੀ ਹੈ ਉਹ ਇਹਨਾਂ ਸਾਰੀਆਂ ਭ੍ਰਿਸ਼ਟਾਚਾਰਾਂ ਨੂੰ ਵੀ ਖਤਮ ਕਰ ਦੇਗੀ, ਕ੍ਰਿਮੀਨਲ ਨੂੰ ਵੀ ਖਤਮ ਕਰੇਗੀ, ਔਰ ਜਿੰਨੇ ਨਸ਼ਾਬੰਦੀ ਨੂੰ ਵੀ ਖਤਮ ਕਰੇਗੀ, ਔਰ ਸਰਕਾਰੀ ਕੰਮਾਂ 'ਚ ਕੋਈ ਵਿਘਨ ਨਹੀਂ ਪਏਗਾ। ਉਹ ਪਹਿਲਾਂ ਤੋਂ ਹੀ ਸੇਵਾਦਾਰ ਨੇ, ਸਿਰਫ ਇਹਨਾਂ ਦੇ ਕਰਕੇ, ਇਹਨਾਂ ਲੀਡਰਾਂ ਕਰਕੇ ਰੁਕਾਵਟਾਂ ਪੈਂਦੀਆਂ ਨੇ। ਚਲੋ ਜੀ ਆਸ਼ੀਰਵਾਦ ਜੀ ਠੀਕ ਹੈ ਜੀ। ਹੈਲੋ ਜੀ ਲਾ ਲਓ ਇੱਧਰ ਵੇਖੋ ਜੀ, ਸਾਰੇ ਜਣੇ ਇੱਧਰ ਵੇਖੋ। ਕਈ ਜਗ੍ਹਾ ਝੰਡੇ ਸੁੱਟੇ ਆ ਕਾਂਗਰਸ ਜੀ ਵਗੈਰਾ ਪੈਰਾਂ 'ਚ ਰੋਲਦੇ ਪਏ ਆ ਵਗੈਰਾ, ਦੇਖੋ ਜੀ ਚੁੱਕਦੇ ਪਏ ਨੇ ਵਗੈਰਾ, ਦੇਖੋ ਜੀ ਕਿੰਨੀ ਮਿਹਨਤ ਕਿਸੇ ਦਾ ਵੀ ਆ ਕੋਈ ਨਿਕਲਿਆ।